YouTube ਤੇ ਪੈਸੇ ਕਿਸ ਤਰੀਕੇ ਨਾਲ ਕਮਾ ਸਕਦੇ ਆ ਬਹੁਤ ਸਾਰੇ ਵੀਰਾਂ ਦੇ ਮਨਾਂ ਦੇ ਵਿੱਚ ਸਵਾਲ ਹੋਊਗਾ ਕਿ ਹਰ ਇੱਕ ਇਨਸਾਨ YouTube ਦੇ ਉੱਪਰ ਵੀਡੀਓ ਅਪਲੋਡ ਕਰ ਰਿਹਾ ਤੇ ਉਸ ਨੂੰ ਕਿੰਨੇ ਕੁ ਪੈਸੇ ਮਿਲਦੇ ਆ ਉਹਦੇ ਬਾਰੇ ਅੱਜ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਸਤਿ ਸ਼੍ਰੀ ਅਕਾਲ ਜੀ ਯਾਰਵਿੰਦਰ ਸਿੰਘ ਬਰਾਲਵਾਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ YouTube ਨੂੰ ਜਿਹੜਾ ਪੈਸੇ ਦਿੰਦੀ ਆ ਜੀ ਉਹ ਦਿੰਦੀ ਆ ਸਭ ਤੋਂ ਪਹਿਲਾਂ Google ਕੰਪਨੀ Google ਜਿਹੜੀ ਕੰਪਨੀ ਆ ਬਹੁਤ ਵੱਡੀ ਕੰਪਨੀ ਆ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਸ਼ਹੂਰੀ ਕਰਵਾਉਣੀ ਆ ਆਪਣੇ ਕੰਮਕਾਰ ਦੀ ਉਹ Google ਦੇ ਨਾਲ ਸੰਪਰਕ ਕਰਦਾ ਹੈ ਵੈੱਬਸਾਈਟ ਦੇ ਉੱਪਰ ਉੱਥੇ ਉਹਨਾਂ ਨੂੰ ਪੇਮੈਂਟ ਦਿੰਦਾ ਆ ਐਗਜ਼ਾਮਪਲ ਦੇ ਤੌਰ ਦੇ ਉੱਪਰ ਜੇਕਰ ਮੇਰਾ ਰੈਸਟੋਰੈਂਟ ਆ ਤੇ ਮੈਂ ਉਸ ਦੀ ਆਪਣਾ ਹੋਟਲ ਆ ਉਸ ਦੀ ਮਸ਼ਹੂਰੀ ਕਰਨੀ ਆ ਕਿ ਮੇਰੇ ਹੋਟਲ ਦੇ ਵਿੱਚ 50 ਯੂਰੋ ਨੂੰ ਕਮਰਾ ਲੱਗਿਆ ਵਾ ਤਾਂ ਉਸ ਦੀ ਜਿਹੜੀ ਐਡ ਆ ਮੈਂ ਉਹ Google ਨੂੰ ਦੇਵਾਂਗਾ ਜਾ ਕੇ ਉਹਨਾਂ ਦੀ ਵੈੱਬਸਾਈਟ ਦੇ ਉੱਪਰ 100 ਯੂਰੋ ਦੇਤਾ ਉਹਨਾਂ ਨੂੰ ਮੈਂ ਉਸ ਤੋਂ ਬਾਅਦ Google ਨੂੰ ਮੈਂ ਕਹੂੰਗਾ ਉੱਥੇ ਮੈਂ ਆਪਸ਼ਨਾਂ ਸਿਲੈਕਟ ਕਰੂੰਗਾ ਕਿ ਮੇਰੀ ਜਿਹੜੀ ਐਡ ਆ ਇਹ YouTube ਤੇ ਵੀ ਚਲਣੀ ਚਾਹੀਦੀ ਆ, ਵੈਬਸਾਈਟਾਂ ਤੇ ਵੀ ਚਲਣੀ ਚਾਹੀਦੀ ਆ, ਐਪਲੀਕੇਸ਼ਨਾਂ ਦੇ ਵਿੱਚ ਵੀ ਚਲਣੀ ਚਾਹੀਦੀ ਆ। ਸਾਰੇ ਪਾਸੇ ਚਲਣੀ ਚਾਹੀਦੀ ਆ, Facebook ਤੇ ਵੀ ਚਲਣੀ ਚਾਹੀਦੀ ਆ। ਤੇ Google ਫਿਰ ਜਿਹੜੀ ਉਹ ਐਡ ਹੁੰਦੀ ਆ ਉਹ YouTube ਨੂੰ ਵੀ ਦੇ ਦਿੰਦਾ ਆ, Facebook ਨੂੰ ਵੀ ਦੇ ਦਿੰਦਾ ਆ, ਵੈਬਸਾਈਟਾਂ ਨੂੰ ਵੀ ਦੇ ਦਿੰਦਾ ਆ। ਆਟੋਮੈਟਿਕਲੀ ਉਹ ਸਾਰੇ ਪਾਸੇ ਜਿਹੜੀ ਮੇਰੀ ਐਡ ਆ ਉਹ ਦੇ ਦਿੰਦਾ ਆ। ਯੂਟਿਊਬਰ ਜਿਹਦਾ ਉੱਪਰ ਹੁਣ ਆਪਾਂ ਯੂਟਿਊਬ ਦੇ ਉੱਪਰ ਆਉਣੇ ਆ ਯੂਟਿਊਬ ਆਪਣੇ ਕੋਲ 45% ਰੱਖ ਲੈਂਦਾ ਜੇ ਯੂਟਿਊਬ ਨੂੰ ਗੂਗਲ ਨੇ 100% ਦੇਤਾ 1 ਯੂਰੋ ਮੰਨ ਲਓ ਦੇਤਾ 1 ਯੂਰੋ ਦੇ ਵਿੱਚੋਂ 45 ਜਿਹੜੇ ਸੈਂਟ ਹੋਣਗੇ 45 ਪੈਸੇ ਯੂਟਿਊਬ ਆਪ ਰੱਖੂਗਾ 55 ਪੈਸੇ ਉਸ ਨੂੰ ਦੇਊਗਾ ਜਿਹੜਾ ਵੀਡੀਓ ਯੂਟਿਊਬ ਦੇ ਉੱਪਰ ਅਪਲੋਡ ਕਰੂਗਾ ਜਿਹੜਾ ਵੀਡੀਓ ਅਪਲੋਡ ਕਰੂਗਾ ਜੀ ਦੀ ਵੀਡੀਓ ਦੇ ਵਿੱਚ ਮਸ਼ਹੂਰੀ ਆ ਗਈ ਉਸ ਨੂੰ ਜਿਹੜਾ ਕਿ ਪੈਸੇ ਮਿਲ ਜਾਣਗੇ ਮਸ਼ਹੂਰੀਆਂ ਦੇ ਵੀ ਅਲੱਗ-ਅਲੱਗ ਰੇਟ ਹੁੰਦੇ ਨੇ ਕੰਪਨੀਆਂ ਦੇ ਹਿਸਾਬ ਦੇ ਨਾਲ ਕੋਈ ਮਸ਼ਹੂਰੀ ਮਹਿੰਗੀ ਹੁੰਦੀ ਆ ਕੋਈ ਸਸਤੀ ਹੁੰਦੀ ਆ ਕੋਈ ਮਸ਼ਹੂਰੀ ਇੰਡੀਆ ਦੇ ਵਿੱਚ ਦੇਖੀ ਜਾਂਦੀ ਆ ਵੀਡੀਓ ਤੁਹਾਡੀ ਉਹਦੇ ਪੈਸੇ ਘੱਟ ਨੇ ਜੇਕਰ ਤੁਹਾਡੀ ਵੀਡੀਓ ਬਾਹਰਲੀਆਂ ਕੰਟਰੀਆਂ ਦੇ ਵਿੱਚ ਦੇਖੀ ਜਾਂਦੀ ਆ ਐਗਜ਼ਾਮਪਲ ਦੇ ਤੌਰ ਦੇ ਉੱਪਰ ਅਮਰੀਕਾ ਕੈਨੇਡਾ ਯੂਰਪ ਦੇ ਵਿੱਚ ਤਾਂ ਤੁਹਾਨੂੰ ਜਿਹੜੇ ਕਿ ਪੈਸੇ ਚੰਗੇ ਬਣ ਜਾਂਦੇ ਨੇ ਤੁਹਾਡੀ ਵੀਡੀਓ ਦੇ ਉੱਪਰ ਗੱਲ ਕਰੀਏ ਈ ਵਿਊ ਦੀ ਜੇਕਰ ਤੁਹਾਡੀ ਵੀਡੀਓ ਦੇ ਉੱਪਰ ਹਜ਼ਾਰ ਵਿਊ ਆਇਆ ਆ ਉਹੀ ਵੀਡੀਓ ਤੁਹਾਡੀ ਜੇਕਰ ਇੰਡੀਆ ਦੇ ਵਿੱਚ ਦੇਖੀ ਜਾਊਗੀ ਤੁਹਾਨੂੰ 1 ਡਾਲਰ ਬਣੂਗਾ ਜੇਕਰ ਉਹੀ ਵੀਡੀਓ 1000 ਵੀਊ ਅਮਰੀਕਾ ਦੇ ਵਿੱਚ ਦੇਖੀ ਜਾਊਗੀ ਤੁਹਾਨੂੰ 4 ਤੋਂ 5 ਡਾਲਰ ਜਿਹੜੇ ਆਕੇ ਬਣ ਜਾਣਗੇ ਡਿਪੈਂਡ ਇਹ ਵੀ ਕਰਦਾ ਕਿ ਤੁਹਾਡੀ ਵੀਡੀਓ ਕਿੰਨੇ ਟਾਈਮ ਤੱਕ ਸੁਣੀ ਗਈ ਆ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਸੁਣੀ ਗਈ ਜਾਂ ਇੱਕ ਦੋ ਮਿੰਟ ਚਲਾ ਕੇ ਹੀ ਅਗਲੇ ਨੇ ਬੰਦ ਕਰ ਦਿੱਤੀ ਆ YouTube ਦੇ ਉੱਪਰ ਹਰ ਇੱਕ ਇਨਸਾਨ ਚੈਨਲ ਬਣਾ ਸਕਦਾ ਹੈ ਇਸ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਾਕੂਮੈਂਟ ਨਹੀਂ ਚਾਹੀਦਾ ਸਿਰਫ ਤੁਹਾਡੀ Gmail ਦੀ ID ਚਾਹੀਦੀ ਆ Gmail ਦੀ ID ਨਾਲ ਤੁਸੀਂ ਕਨੈਕਟ ਕਰਕੇ 1 ਮਿੰਟ ਦੇ ਵਿੱਚ ਆਪਣੇ ਫੋਨ ਦੇ ਵਿੱਚ ਹੀ ਤੁਸੀਂ ਚੈਨਲ ਬਣਾ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਹੈਗੀ ਬਹੁਤ ਈਜ਼ੀ ਆ ਇਸ ਬਾਰੇ ਮੈਂ ਵੀਡੀਓ ਆਉਣ ਵਾਲੇ ਦਿਨਾਂ ਦੇ ਵਿੱਚ ਬਣਾ ਦੂੰਗਾ ਕਿ ਕਿਸ ਤਰੀਕੇ ਨਾਲ ਤੁਸੀਂ YouTube ਦਾ ਚੈਨਲ ਬਣਾ ਸਕਦੇ ਹੋ ਇੱਕ ਵੀਡੀਓ ਬਣਾਉਂਗਾ ਵੀ ਵੀਡੀਓ ਐਡੀਟਿੰਗ ਕਿਸ ਤਰੀਕੇ ਨਾਲ ਕਰਨੀ ਆ ਵੀਡੀਓ ਦੇ ਉੱਪਰ ਜਿਹੜੀ ਫੋਟੋ ਲੱਗਦੀ ਉਹ ਕਿਸ ਤਰੀਕੇ ਨਾਲ ਤੁਸੀਂ ਲਗਾ ਸਕਦੇ ਹੋ ਹੋਰ ਜਿਹੜੀਆਂ ਵੀ ਨਿੱਕੀਆਂ ਤੋਂ ਨਿੱਕੀਆਂ ਜਾਣਕਾਰੀਆਂ ਮੇਰੇ ਕੋਲ ਜਿਹੜਾ ਮੇਰਾ ਤਜਰਬਾ ਆ YouTube ਦਾ 4-5 ਸਾਲ ਦਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਇਸ ਚੈਨਲ ਦੇ ਉੱਪਰ ਤੁਹਾਨੂੰ ਚੈਨਲ ਬਣਾਉਣ ਵਾਸਤੇ ਕਿਸੇ ਵੀ ਤਰ੍ਹਾਂ ਦੇ ਕੋਈ ਕੰਪਿਊਟਰ ਦੀ ਲੋੜ ਨਹੀਂ ਹੈਗੀ ਤੁਸੀਂ ਆਪਣੇ ਫੋਨ ਤੋਂ ਹੀ ਵੀਡੀਓ ਰਿਕਾਰਡ ਕਰ ਸਕਦੇ ਹੋ ਫੋਨ ਤੋਂ ਹੀ ਵੀਡੀਓ ਅਪਲੋਡ ਕਰ ਸਕਦੇ ਹੋ ਬਹੁਤ ਸਾਰੀਆਂ ਮੇਰੀਆਂ ਭੈਣਾਂ ਨੇ ਲੋਕਡਾਊਨ ਦੇ ਦੌਰਾਨ ਆਪਣੇ ਕੁਕਿੰਗ ਦੇ ਚੈਨਲ ਬਣਾਏ ਨੇ ਉਹਨਾਂ ਨੂੰ ਪ੍ਰੋਬਲਮ ਕੀ ਆ ਰਹੀ ਹੈ ਉਹਨਾਂ ਦੇ ਚੈਨਲ ਵਧ ਨਹੀਂ ਰਹੇ ਗਰੋ ਨਹੀਂ ਕਰ ਰਹੇ ਵਿਊ ਨਹੀਂ ਆ ਰਹੇ ਸਬਸਕ੍ਰਾਈਬਰ ਨਹੀਂ ਵੱਧ ਰਹੇ ਉਹਨਾਂ ਬਾਰੇ ਵੀ ਸਾਰੀਆਂ ਜਾਣਕਾਰੀਆਂ ਤੁਹਾਨੂੰ ਇਸੇ ਚੈਨਲ ਦੇ ਉੱਪਰ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਦਿਆਂਗਾ YouTube ਪਹਿਲਾਂ ਜਿਹੜਾ ਸਿਸਟਮ ਸੀਗਾ YouTube ਦਾ ਕਿ ਤੁਸੀਂ ਵੀਡੀਓ ਰਿਕਾਰਡ ਕਰ ਲਈ ਵੀਡੀਓ ਨੂੰ ਅਪਲੋਡ ਕਰ ਦਿਓ YouTube ਤੇ ਪੈਸੇ ਕਮਾ ਲਓ ਪਰ ਅੱਜ ਦੀ ਅੱਜ ਦੀ ਡੇਟ ਦੇ ਵਿੱਚ YouTube ਦੇ ਉੱਪਰ ਵੀ ਕੰਪੀਟੀਸ਼ਨ ਬਹੁਤ ਜ਼ਿਆਦਾ ਵੱਧ ਗਿਆ ਕਿ ਕ੍ਰੇਟਰ ਜੇਕਰ ਕੋਈ ਵੀਡੀਓ ਬਣਾ ਕੇ ਅਪਲੋਡ ਕਰ ਰਿਹਾ ਉਸ ਨੂੰ ਕ੍ਰिएਟਰ ਕਹਿੰਦੇ ਆ ਵੀ ਬੰਦਾ ਉਹ ਆਪਣਾ ਟੈਲੈਂਟ ਰੱਖਦਾ ਵੀਡੀਓ ਆਪਣੀ ਅਪਲੋਡ ਕਰਦਾ ਹੈ YouTube ਦੇ ਉੱਪਰ ਤੇ ਹੁਣ YouTube ਨੇ ਥੋੜਾ ਜਿਹੜਾ ਸਿਸਟਮ ਆਪਣਾ ਚੇਂਜ ਕਰ ਦਿੱਤਾ ਹੈ ਸਿਸਟਮ ਚੇਂਜ ਇਹ ਕਰਤਾ ਕਿ ਤੁਹਾਨੂੰ ਪੈਸੇ ਕਮਾਉਣ ਦਾ ਥੋੜਾ ਜਿਹਾ ਸਫਰ YouTube ਨੇ ਦੂਰ ਰੱਖਿਆ ਹੈ ਨਵੇਂ ਲੋਕਾਂ ਵਾਸਤੇ ਉਸ ਦਾ ਕਾਰਨ ਇਹ ਹੈ ਕਿ ਪਹਿਲਾਂ YouTube ਦੀਆਂ ਦੋ ਸ਼ਰਤਾਂ ਨੇ ਜੇਕਰ ਤੁਸੀਂ ਉਸ ਦੇ ਉੱਪਰ ਖਰੇ ਉੱਤਰਦੇ ਹੋ ਤਾਂ ਤੁਸੀਂ ਫੇਰ ਹੀ YouTube ਤੋਂ ਪੈਸੇ ਕਮਾ ਸਕਦੇ ਹੋ ਉਹੋ ਸ਼ਰਤਾਂ ਕਿਹੜੀਆਂ ਨੇ ਪਹਿਲੀ ਗੱਲ ਕਿ ਤੁਹਾਡੇ ਚੈਨਲ ਦੇ ਉੱਪਰ 1000 ਸਬਸਕ੍ਰਾਈਬਰ ਹੋਣੇ ਚਾਹੀਦੇ ਆ ਸਬਸਕ੍ਰਾਈਬਰ ਕੌਣ ਹੁੰਦੇ ਆ ਸਬਸਕ੍ਰਾਈਬਰ ਕਿੱਦਾਂ ਵਧਦੇ ਆ ਕਈਆਂ ਨੂੰ ਇਹ ਵੀ ਨਹੀਂ ਪਤਾ ਹੁਣ ਉਸ ਬਾਰੇ ਮੈਂ ਦੱਸ ਦਿਆਂ ਕਿ ਜਿਹੜਾ ਤੁਸੀਂ ਹਲਾਲ ਰੰਗ ਦਾ ਬਟਨ ਸਾਈਡ ਤੇ ਦੇਖ ਰਹੇ ਹੋ ਇਸ ਨੂੰ ਸਬਸਕ੍ਰਾਈਬਰ ਬਟਨ ਕਹਿੰਦੇ ਆ ਜਿੰਨੇ ਵੀ ਲੋਕਾਂ ਨੇ ਇਹਨੂੰ ਤੁਸੀਂ ਇੱਕ ਵਾਰੀ ਪ੍ਰੈਸ ਕਰੋਗੇ ਇਹ ਫਿੱਕਾ ਹੋ ਜੂਗਾ ਤੁਸੀਂ ਨੱਪ ਕੇ ਚੈੱਕ ਕਰ ਸਕਦੇ ਹੋ ਇਹ ਫਿੱਕਾ ਹੋ ਜਾਣਾ ਹੈ ਇਸ ਦਾ ਮਤਲਬ ਤੁਸੀਂ ਮੇਰਾ ਚੈਨਲ ਜਿਹੜਾ ਆ ਉਹ ਸਬਸਕ੍ਰਾਈਬ ਕਰ ਲਿਆ ਆ ਤੁਸੀਂ ਮੇਰੇ ਚੈਨਲ ਦੇ ਨਾਲ ਜੁੜ ਗਏ ਹੋ ਜਦੋਂ ਵੀ ਮੈਂ ਕੋਈ ਵੀਡੀਓ ਪਾਉਂਗਾ ਉਹ ਤੁਹਾਨੂੰ ਮਿਲ ਜੂਗੀ ਤੇ ਨਾਲ ਇਸ ਦੇ ਘੰਟੀ ਹੁੰਦੀ ਨੋਟੀਫਿਕੇਸ਼ਨ ਘੰਟੀ ਤੇ ਵੀ ਤੁਸੀਂ ਕਲਿੱਕ ਕਰਕੇ ਘੰਟੀ ਨੂੰ ਫਿੱਕੀ ਕਰ ਸਕਦੇ ਹੋ ਇਹਦੇ ਨਾਲ ਇਹ ਤੁਹਾਨੂੰ ਇਦਾਂ ਦੇ 1000 ਜਿਹੜੇ ਕਿ ਸਬਸਕ੍ਰਾਈਬਰ ਚਾਹੀਦੇ ਨੇ ਕਿ 1000 ਲੋਕ ਤੁਹਾਡੇ ਚੈਨਲ ਦਾ ਇਹ ਬਟਨ ਲਾਲ ਰੰਗ ਦਾ ਪ੍ਰੈਸ ਕਰਨ ਇਹ YouTube ਦੀ ਪਹਿਲੀ ਸ਼ਰਤ ਹੈ ਤੁਸੀਂ ਆਪਣੇ ਯਾਰਾਂ ਦੋਸਤਾਂ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਸ਼ੇਅਰ ਕਰਕੇ ਆਪਣਾ ਚੈਨਲ ਤੁਸੀਂ ਉਹਨਾਂ ਤੋਂ ਵੀ ਬਟਨ ਜਿਹੜਾ ਕਿ ਇੱਕ ਬੰਦੇ ਦਾ ਇੱਕ ਵਾਰੀ ਹੀ ਕਾਊਂਟ ਹੋਊਗਾ ਜੇ ਵਾਰ-ਵਾਰ ਨੱਪੀਗਾ ਤਾਂ ਉਹ ਕਾਊਂਟ ਹੋ ਜਾ ਕਰੂਗਾ ਨਹੀਂ ਹੋ ਜਾ ਇੱਕ ਵਾਰੀ ਬਟਨ ਨੱਪਣਾ ਫਿੱਕਾ ਹੋਏ ਤਾਂ ਇਹਦਾ ਮਤਲਬ ਚੈਨਲ ਜਿਹੜਾ ਆ ਸਬਸਕ੍ਰਾਈਬ ਹੋ ਗਿਆ ਸੈਕੰਡ ਇਹਨਾਂ ਦੀ ਆਪਸ਼ਨ ਹੈਗੀ ਹੈ ਜੀ ਕਿ 4000 ਘੰਟਾ ਤੁਹਾਡੇ ਚੈਨਲ ਦੇ ਉੱਪਰ ਸਾਰੀਆਂ ਵੀਡੀਓਾਂ ਦਾ ਪੂਰਾ ਹੋਇਆ ਹੋਣਾ ਚਾਹੀਦਾ ਹੈ ਓਵਰ ਆਲ ਯਾਨੀ ਕਿ ਜਿੰਨਾਂ ਵੀ ਤੁਸੀਂ ਵੀਡੀਓ ਅਪਲੋਡ ਕਰੋਗੇ ਮਹੀਨੇ ਦੇ ਵਿੱਚ ਸਾਰੀਆਂ ਵੀਡੀਓਾਂ ਦਾ ਟਾਈਮ ਮਿਲਾ ਕੇ 4000 ਘੰਟਾ ਹੋਇਆ ਹੋਣਾ ਚਾਹੀਦਾ 4000 ਵਿਊ ਦੀ ਗੱਲ ਨਹੀਂ ਕਰ ਰਿਹਾ ਮੈਂ 4000 ਘੰਟੇ ਦੀ ਗੱਲ ਕਰ ਰਿਹਾ ਜੇ ਇੱਕ ਘੰਟੇ ਦੇ ਵਿੱਚ 60 ਮਿੰਟ ਹੁੰਦੇ ਨੇ ਤੁਸੀਂ ਕਾਊਂਟ ਕਰ ਲਓ ਵੀ ਆਪਾਂ ਨੂੰ ਕਿੰਨੇ ਵਿਊ ਚਾਹੀਦੇ ਨੇ ਤੁਹਾਡੀਆਂ ਵੀਡੀਓ ਇੱਕ ਦੋ ਵੀਡੀਓ ਵਾਇਰਲ ਹੋ ਗਈਆਂ ਚੈਨਲ ਦੀਆਂ ਤੁਹਾਡਾ ਚੈਨਲ ਜਿਹੜਾ ਆ ਉਹ ਸਬਸਕ੍ਰਾਈਬਰ ਵਾਚ ਟਾਈਮ ਪੂਰਾ ਹੋ ਜੂਗਾ ਇਹ ਵੀ ਮੈਂ ਇੱਕ ਵੀਡੀਓ ਬਣਾ ਕੇ ਦੱਸੂਗਾ ਵੀ ਤੁਸੀਂ ਕਿਸ ਤਰੀਕੇ ਨਾਲ ਵਾਚ ਟਾਈਮ ਆਪਣਾ ਚੈੱਕ ਕਰ ਸਕਦੇ ਹੋ ਜਿਨ੍ਹਾਂ ਦੇ ਚੈਨਲ ਪੁਰਾਣੇ ਬਣੇ ਹੋਏ ਆ ਬਹੁਤ ਸਾਰੇ ਲੋਕਾਂ ਨੂੰ ਵਾਚ ਟਾਈਮ ਚੈੱਕ ਕਰਨਾ ਨਹੀਂ ਆਉਂਦਾ ਕਿਸ ਤਰੀਕੇ ਨਾਲ ਕਰ ਸਕਦੇ ਹੋ ਇਹ YouTube ਦੀਆਂ ਦੋ ਸ਼ਰਤਾਂ ਨੇ ਕਿ 1000 ਸਬਸਕ੍ਰਾਈਬਰ ਤੇ 4000 ਘੰਟਾ ਜੇਕਰ ਤੁਹਾਡੇ ਚੈਨਲ ਦੇ ਉੱਪਰ ਪੂਰਾ ਹੋ ਜਾਂਦਾ ਫਿਰ ਉਸ ਤੋਂ ਬਾਅਦ YouTube ਤੁਹਾਨੂੰ ਆਪਸ਼ਨ ਦੇ ਦਿੰਦਾ ਹੈ ਮੋਨਟਾਈਜੇਸ਼ਨ ਦੀ ਮੋਨਟਾਈਜੇਸ਼ਨ ਤੋਂ ਭਾਵ ਕਿ ਤੁਸੀਂ ਪੈਸੇ ਕਮਾ ਸਕਦੇ ਹਾਂ ਉੱਥੇ ਤੁਹਾਨੂੰ ਇੱਕ ਹੋਰ ਆਈਡੀ ਬਣਾਉਣੀ ਪੈਂਦੀ ਜਿਸ ਨੂੰ Google AdSense ਕਹਿੰਦੇ ਆ ਉਹ ਵੀ ਮੈਂ ਤੁਹਾਨੂੰ ਇੱਕ ਵੀਡੀਓ ਬਣਾ ਕੇ ਦੱਸ ਦੂੰਗਾ ਵੀ ਕਿਸ ਤਰੀਕੇ ਨਾਲ ਕਿ ਤੁਸੀਂ ਉਹ ਜਿਹੜੀ ਆਈਡੀ ਬਣਾ ਕੇ ਅਟੈਚ ਕਰਨੀ ਆ ਉਸ ਤੋਂ ਬਾਅਦ ਤੁਸੀਂ ਆਪਣਾ ਉੱਥੇ ਆਪਣਾ ਅਕਾਊਂਟ ਜਿਹੜਾ ਆ ਅਟੈਚ ਕਰਨਾ ਆ ਫਿਰ ਜੋ ਵੀ ਤੁਹਾਡੀ ਵੀਡੀਓ ਤੋਂ ਅਰਨਿੰਗ ਆਇਆ ਕਰੂਗੀ ਜਿੰਨੇ ਵੀ ਤੁਹਾਡੇ ਪੈਸੇ ਆਇਆ ਕਰਨਗੇ ਉਹ Google AdSense ਕੋਲ ਜਾਇਆ ਕਰਨਗੇ AdSense ਤੋਂ ਤੁਹਾਡੇ ਅਕਾਊਂਟ ਦੇ ਵਿੱਚ ਹਰ ਮਹੀਨੇ ਦੀ 22 ਤਰੀਕ ਨੂੰ ਆਪਣੇ ਆਪ ਟਰਾਂਸਫਰ ਹੋ ਜਾਇਆ ਕਰਨਗੇ ਕੰਮ ਇੰਨਾ ਔਖਾ ਵੀ ਨਹੀਂ ਹੈਗਾ ਤੇ ਕੰਮ ਇੰਨਾ ਸੌਖਾ ਵੀ ਨਹੀਂ ਹੈਗਾ ਜੇਕਰ ਤੁਸੀਂ ਕੋਈ ਵੀ ਕੰਮ ਕਰਦੇ ਹੋ ਤੁਸੀਂ ਆਪਣੇ ਹਿੰਮਤ ਰੱਖਦੇ ਹੋ ਪਾਰਟ ਟਾਈਮ ਤੁਸੀਂ ਕੁਝ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀਂ YouTube ਪਾਰਟ ਟਾਈਮ ਤੌਰ ਤੇ ਸ਼ੁਰੂ ਕਰ ਸਕਦੇ ਹੋ ਤੁਸੀਂ ਕੋਈ ਵੀ ਆਪਣਾ ਟੈਲੈਂਟ ਰੱਖਦੇ ਹੋ ਤੁਸੀਂ ਵਧੀਆ ਕੁਸ਼ਨਾ ਕੁਝ ਸਿਖਾ ਸਕਦੇ ਹੋ ਕੁਸ਼ਨਾ ਆਪਣਾ ਕੋਈ ਕੰਮ ਕਰਦੇ ਹੋ ਉਦਾਂ ਤੁਸੀਂ ਆਪਣੇ ਕੰਮ ਤੇ ਬਾਹਰੋਂ ਆਪਣੇ ਸ਼ੂਟ ਕਰ ਸਕਦੇ ਹੋ ਵੀਡੀਓ ਰਿਕਾਰਡ ਕਰ ਸਕਦੇ ਹੋ ਵੀ ਰੰਗ ਕਿਸ ਤਰੀਕੇ ਨਾਲ ਕੀਤਾ ਜਾਂਦਾ ਹੈ ਬਿਜਲੀ ਦੀਆਂ ਤਾਰਾਂ ਕਿਸ ਤਰੀਕੇ ਨਾਲ ਪਾਈਆਂ ਜਾ ਸਕਦੀਆਂ ਨੇ ਇੱਕ ਵਲੌਗਿੰਗ ਤੌਰ ਤੇ ਤੁਸੀਂ ਸ਼ੁਰੂ ਕਰ ਸਕਦੇ ਹੋ ਆਪਣੇ ਦਿਨ ਦਾ ਸਾਰਾ ਸ਼ਡਿਊਲ ਕਿ ਪੈਰਿਸ ਦੇ ਵਿੱਚ ਟ੍ਰੇਨਾਂ ਇਸ ਤਰੀਕੇ ਨਾਲ ਚੱਲਦੀਆਂ ਹਨ ਜਾਂ ਜਿੱਥੇ ਵੀ ਤੁਸੀਂ ਰਹਿੰਦੇ ਹੋ ਜਿੱਦਾਂ ਕਿ ਮੈਂ ਪੈਰਿਸ ਦੇ ਵਿੱਚ ਰਹਿਣਾ ਹੈ ਤੇ ਮੈਂ ਪੈਰਿਸ ਦੀ ਗੱਲ ਇਸ ਕਰਕੇ ਕੀਤੀ ਆ ਤੁਸੀਂ ਕੁਝ ਵੀ ਲੋਕਾਂ ਨੂੰ ਦਿਖਾ ਕੇ ਆਪਣੇ YouTube ਦੇ ਉੱਪਰ ਵੀਡੀਓ ਐਡਿਟ ਕਰਕੇ ਪਾ ਸਕਦੇ ਹੋ ਜੇਕਰ ਤੁਹਾਡਾ ਚੈਨਲ ਤੁਰ ਪਿਆ ਤਾਂ ਤੁਹਾਡੀ ਪਾਰਟ ਟਾਈਮ ਤੁਹਾਡਾ ਖਰਚਾ ਬਹੁਤ ਵਧੀਆ ਤੁਹਾਡੇ ਘਰ ਦਾ ਕਿਰਾਇਆ ਤੁਹਾਡੇ ਹੋਰ ਖਾਣ ਪੀਣ ਦੇ ਖਰਚੇ YouTube ਦਾ ਚੈਨਲ ਕੱਢ ਸਕਦਾ ਜੇਕਰ ਮੇਰੀਆਂ ਭੈਣਾਂ ਚੈਨਲ ਮੇਰਾ ਵੀਡੀਓ ਦੇਖ ਰਹੀਆਂ ਨੇ ਉਹ ਕੁਕਿੰਗ ਵਧੀਆ ਕਰ ਲੈਂਦੀਆਂ ਨੇ ਤਾਂ ਉਹ ਵੀ ਆਪਣਾ ਚੈਨਲ ਬਣਾ ਸਕਦੀਆਂ ਨੇ ਇਸ ਦੇ ਵਿੱਚ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਆਪਣਾ ਚਿਹਰਾ ਹੀ ਦਿਖਾਉਣਾ ਹੈ ਤੁਸੀਂ ਬਿਨਾ ਚਿਹਰਾ ਦਿਖਾਏ ਵੀ ਚੈਨਲ ਬਣਾ ਕੇ ਵੀਡੀਓ ਅਪਲੋਡ ਕਰ ਸਕਦੇ ਹੋ ਮੈਂ ਤੁਹਾਨੂੰ ਸਮੇਂ-ਸਮੇਂ 'ਤੇ ਗਾਈਡ ਕਰਦਾ ਰਹੂੰਗਾ ਵੀਡੀਓ ਬਣਾ ਕੇ ਜੇਕਰ ਤੁਹਾਨੂੰ ਵੀਡੀਓ ਚਾਹੀਦੀਆਂ ਨੇ ਤਾਂ ਹਾਂ ਦਾ ਨਾਰਾ ਵਾਲਾ ਇੱਕ ਵਾਰੀ ਕਮੈਂਟਾਂ ਦੇ ਵਿੱਚ ਲਗਾ ਦਿਓ ਯੈਸ ਲਿਖ ਦਿਓ ਤਾਂ ਜੋ ਆਪਾਂ ਕੰਟੀਨਿਊ ਇਦਾਂ ਦੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਈਏ ਮੈਂ ਚਾਹੁੰਦਾ ਕਿ ਹਰ ਇੱਕ ਇਨਸਾਨ ਜਿਹੜਾ ਵੀ ਲੱਗਦਾ ਕਿ ਮੇਰੇ ਕੋਲੇ ਕੰਮ ਨਹੀਂ ਹੈਗਾ ਤਾਂ ਉਹ YouTube ਦੇ ਕੁਝ ਨਾ ਕੁਝ ਕਰਕੇ ਆਪਣੇ ਅੰਦਰਲਾ ਟੈਲੈਂਟ ਬਾਹਰ ਕੱਢ ਕੇ ਚਾਰ ਪੈਸੇ YouTube ਤੋਂ ਕਮਾ ਸਕਦਾ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਟੈਲੈਂਟ ਆ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਕਿਸ ਤਰੀਕੇ ਨਾਲ ਯੂਜ਼ ਕਰਨਾ ਹੈ ਮੈਂ ਵੀ ਜਦੋਂ ਵੀਡੀਓ ਅੱਜ ਤੋਂ 5-6 ਸਾਲ ਪਹਿਲਾਂ ਪਾਈ ਸੀਗੀ ਮੈਨੂੰ ਸੋਚਿਆ ਨਹੀਂ ਸੀ ਕਦੇ ਮੈਂ ਵੀਡੀਓ ਪਾਉਂਗਾ ਪਰ ਅਚਾਨਕ ਵੀਡੀਓ ਪਾਈਆਂ ਫਿਰ ਉਸ ਤੋਂ ਬਾਅਦ ਚੈਨਲ ਬਣਾਇਆ ਚੈਨਲ ਸਸਪੈਂਡ ਕਰ ਦਿੱਤਾ ਗਿਆ YouTube ਵੱਲੋਂ ਇਹ ਨਹੀਂ ਜਾਣਕਾਰੀ ਨਹੀਂ ਹੈਗੀ ਸੀ 4-5 ਸਾਲਾਂ ਦੀ ਮਿਹਨਤ ਤੋਂ ਬਾਅਦ ਫਿਰ ਜਿਹੜਾ ਕਿ ਚੈਨਲ ਮੈਂ ਪੰਜਾਬੀ ਪੈਰਿਸ ਤੋਂ ਆਪਣਾ ਬਣਾਇਆ ਉਸ ਤੋਂ ਬਾਅਦ ਕੰਟੀਨਿਊ ਫਿਰ ਚੱਲਦਾ ਗਿਆ ਸਿਸਟਮ ਵਧੀਆ ਪਾਰਟ ਟਾਈਮ ਜਿਹੜਾ ਕਿ ਮੇਰਾ ਕੰਮ YouTube ਦਾ ਚੱਲ ਰਿਹਾ ਹੈ ਠੀਕ ਆ ਆਪਣਾ ਟਾਈਮ ਪਾਸ ਜਿਹੜਾ ਕਿ ਬਹੁਤ ਸੋਹਣਾ ਹੋ ਰਿਹਾ ਆ ਤੇ ਮੈਂ ਵੀ ਕਿਉਂ ਨਾ ਕਿ ਸਾਰੇ ਜਾਣੇ ਪੈਸੇ ਕਮਾਓ ਮੈਂ ਆਪਣੀ ਜੀਬ ਚੋਂ ਤਾਂ ਦੇਣੇ ਨਹੀਂ ਕਿਸੇ ਨੂੰ ਹਨਾ ਤੁਸੀਂ ਜੇਕਰ ਕਮਾਉਂਗੇ ਜਿੰਨੀ ਤੁਸੀਂ ਮਿਹਨਤ ਕਰੋਗੇ ਜਿੰਨੀ ਵਧੀਆ ਵੀਡੀਓ ਤੁਸੀਂ ਬਣਾ ਕੇ ਪਾਉਂਗੇ ਓਨੀ ਵੀਡੀਓ YouTube ਤੇ ਲੋਕ ਪਸੰਦ ਕਰਨਗੇ ਤੁਹਾਡੇ ਚੈਨਲ ਦੇ ਨਾਲ ਜੁੜਨਗੇ ਤੁਹਾਡਾ ਚੈਨਲ ਗਰੋ ਹੋਊਗਾ ਵੀਡੀਓ ਦੇ ਲਾਸਟ ਤੱਕ ਆਇਓ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਜੋ ਲਾਈਕ ਦਾ ਬਟਨ ਥੱਲੇ ਅੰਗੂਠਾ ਹੁੰਦਾ ਹੈ ਇਸ ਦੇ ਨਾਲ ਵੀਡੀਓ ਅੱਗੇ ਦੀ ਅੱਗੇ ਤੁਰਦੀ ਜਾਂਦੀ ਆ ਤੁਹਾਡੇ ਤੱਕ ਜਾਣਕਾਰੀਆਂ ਪਹੁੰਚਾਉਂਦੇ ਰਵਾਂਗੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖਿਓ ਵੀਡੀਓ ਦੇਖਣ ਬਾਅਦ ਤੁਹਾਡਾ ਬਹੁਤ ਬਹੁਤ ਧੰਨਵਾਦ